ਨੈਕਸਟ ਤੁਹਾਨੂੰ ਆਪਸ਼ਨ ਕਰਾਉਣ ਲੱਗੇ ਆ ਫਾਰਮ, ਫਾਰਮ ਸਬ ਮੈਨੂ ਦਾ ਇਸਤੇਮਾਲ ਕਰ ਲਈ ਅਸੀਂ ਪਹਿਲਾਂ ਡਾਟੇ ਨੂੰ ਸਿਲੈਕਟ ਕਰਾਂਗੇ। ਜਦੋਂ ਅਸੀਂ ਡਾਟੇ ਨੂੰ ਸਿਲੈਕਟ ਕਰਨ ਤੋਂ ਬਾਅਦ ਫਾਰਮ ਦੇ ਉੱਤੇ ਕਲਿੱਕ ਕਰਾਂਗੇ ਤੇ ਜੋ ਸਾਡਾ ਡਾਟਾ ਹੈ ਇੱਕ ਫਾਰਮ ਦੇ ਵਿੱਚ ਚੇਂਜ ਹੋ ਜਾਵੇਗਾ। ਲਾਈਕ ਹੁਣ ਜੇ ਅਗਰ ਤੁਸੀਂ ਕੋਈ ਨਵੀਂ ਇਨਫੋਰਮੇਸ਼ਨ ਜਾਂ ਨਵਾਂ ਕਿਸੇ ਪਰਸਨ ਦਾ ਨਾਮ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਿਊ ਤੇ ਕਲਿੱਕ ਕਰ ਸਕਦੇ ਹੋ। ਨਿਊ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਸ ਜਗ੍ਹਾ ਉਸ ਦਾ ਨਾਮ ਲਿਖੋ, ਲਾਈਕ ਰੇਖਾ, ਪੋਜੀਸ਼ਨ ਟੀਚਰ, ਸੈਲਰੀ ਅਸੀਂ ਕਰ ਦਿੰਦੇ ਹਾਂ ਉਸਦੀ 20,000, ਸਟੇਟਸ ਮੈਰਿਟ। ਜਦੋਂ ਅਸੀਂ ਇਸ ਕ੍ਰਾਈਟੀਰੀਆ ਤੇ ਕਲਿੱਕ ਕਰਾਂਗੇ ਤੇ ਤੁਸੀਂ ਦੇਖੋਗੇ ਇਸ ਜਗ੍ਹਾ ਉਹ ਸ਼ੋ ਹੋ ਜਾਵੇਗੀ। ਇਸ ਤਰੀਕੇ ਨਾਲ ਇਸ ਫਾਰਮ ਦੀ ਹੈਲਪ ਨਾਲ ਨਵਾਂ ਨਾਮ ਕੋਈ ਐਡ ਕਰ ਸਕਦੇ ਹਾਂ। ਅਸੀਂ ਦੁਬਾਰਾ ਫਾਰਮ ਤੇ ਕਲਿੱਕ ਕਰਾਂਗੇ, ਅਗਰ ਇਸ ਨੂੰ ਅਸੀਂ ਡਿਲੀਟ ਕਰਨਾ ਹੋਵੇ ਤਾਂ ਇਸ ਨੂੰ ਅਸੀਂ ਡਿਲੀਟ ਵੀ ਕਰ ਸਕਦੇ ਹਾਂ। ਇਸ ਜਗ੍ਹਾ ਅਸੀਂ ਡਿਲੀਟ ਕਰਾਂਗੇ ਤਾਂ ਉਹ ਡਾਟਾ ਡਿਲੀਟ ਹੋ ਜਾਵੇਗਾ। ਨਿਊ ਦੀ ਮਦਦ ਨਾਲ ਅਸੀਂ ਕੁਛ ਨਵਾਂ ਡਾਟਾ ਇਸ ਵਿੱਚ ਐਡ ਕਰ ਸਕਦੇ ਹਾਂ। ਫਾਈਂਡ ਪ੍ਰੀਵੀਅਸ ਤੇ ਗੱਲ ਕਰੋਗੇ ਤਾਂ ਤੁਸੀਂ ਫਾਈਂਡ ਪ੍ਰੀਵੀਅਸ, ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਰਾਮ ਦਾ ਨਾਮ ਆਏਗਾ। ਅਗਰ ਇਸ ਵਿੱਚ ਅਸੀਂ ਕੋਈ ਚੇਂਜਸ ਕਰਨੇ ਹੋਣ ਉਹ ਅਸੀਂ ਇਸ ਜਗ੍ਹਾ ਤੋਂ ਵੀ ਚੇਂਜਸ ਕਰ ਸਕਦੇ ਹਾਂ। ਅਸੀਂ 25,000 ਕਰਤੀ ਹੈ ਰਾਮ ਦੀ ਸੈਲਰੀ, ਜੋ ਕ੍ਰਾਈਟੀਰੀਆ ਤੇ ਦੇਖਾਂਗੇ ਤੇ ਇਸ ਜਗ੍ਹਾ 25,000 ਹੋ ਜਾਵੇਗੀ। ਅਸੀਂ ਫਿਰ ਫਾਈਂਡ ਪ੍ਰੀਵੀਅਸ ਦੇ ਵਿੱਚ ਜਾਵਾਂਗੇ। ਲਾਈਕ ਇਸ ਜਗ੍ਹਾ ਤੁਸੀਂ ਦੇਖ ਰਹੇ ਹੋ ਕਿ ਕਰਨੈਲ ਦੀ ਸੈਲਰੀ 13,000 ਦਿਖ ਰਹੀ ਹੈ, ਅਸੀਂ ਇਸ ਜਗ੍ਹਾ ਇਸ ਦੀ ਸੈਲਰੀ 5,000 ਕਰ ਰਹੇ ਹਾਂ। 5,000 ਕਰਕੇ ਜਦੋਂ ਅਸੀਂ ਕ੍ਰਾਈਟੀਰੀਆ ਤੇ ਕਲਿੱਕ ਕਰਾਂਗੇ ਤਾਂ ਇਸ ਜਗ੍ਹਾ ਵੀ ਉਸਦੀ 5,000 ਸੈਲਰੀ ਹੋ ਜਾਵੇਗੀ। ਇਸ ਤਰੀਕੇ ਨਾਲ ਅਸੀਂ ਫਾਰਮ ਦਾ ਇਸਤੇਮਾਲ ਕਰਦੇ ਹਾਂ। ਅਸੀਂ ਇਸ ਵਿੱਚ ਤੁਹਾਨੂੰ ਇੱਕ ਹੋਰ ਨਵਾਂ ਨੇਮ ਐਡ, ਲਾਈਕ ਅਸੀਂ ਉਮੇਸ਼, ਪੋਜੀਸ਼ਨ ਡਾਕਟਰ, ਸੈਲਰੀ 25,000 ਤੇ ਸਟੇਟਸ ਮੈਰਿਟ ਕਰਕੇ ਨਿਊ ਤੇ ਕਲਿੱਕ ਕਰਾਂਗੇ ਤਾਂ ਇਸ ਜਗ੍ਹਾ 8 ਨੰਬਰ ਤੇ ਉਮੇਸ਼ ਡਾਕਟਰ ਦਾ ਨਾਮ ਆ ਜਾਵੇਗਾ। ਇਸ ਤਰੀਕੇ ਨਾਲ ਅਸੀਂ ਫਾਰਮ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਹੁਣ ਨੈਕਸਟ ਸਬ ਮੈਨੂ ਅਸੀਂ ਕਰ ਰਹੇ ਹਾਂ ਡਾਟਾ ਦੇ ਵਿੱਚ ਸਬ ਟੋਟਲ। ਉਸ ਲਈ ਪਹਿਲਾਂ ਅਸੀਂ ਡਾਟੇ ਨੂੰ ਸਿਲੈਕਟ ਕਰਾਂਗੇ, ਫਿਰ ਅਸੀਂ ਡਾਟਾ 'ਤੇ ਜਾ ਕੇ ਸਬ ਟੋਟਲ 'ਤੇ ਕਲਿੱਕ ਕਰਾਂਗੇ। ਇਸ ਜਗ੍ਹਾ ਅਸੀਂ ਪੋਜੀਸ਼ਨ ਵਾਈਜ਼ ਹੈ ਜੋ ਉਸ ਡਾਟੇ ਦਾ ਸਬ ਟੋਟਲ ਕਰਾਂਗੇ। ਅਤੇ ਯੂਜ ਫੰਕਸ਼ਨ ਦੇ ਵਿੱਚ ਤੁਹਾਡੇ ਕੋਲ ਆ ਰਿਹਾ ਹੈ ਸਮ ਕਰਨਾ, ਅਗਰ ਸਮ ਕਰ ਸਕਦੇ ਹਾਂ, ਕਾਊਂਟ ਕਰਨਾ ਹੋਵੇ ਕਾਊਂਟ ਕਰ ਸਕਦੇ ਹਾਂ, ਐਵਰੇਜ ਕੱਢਣੀ ਹੋਵੇ ਤਾਂ ਐਵਰੇਜ ਕੱਢ ਸਕਦੇ ਹਾਂ। ਇਸ ਜਗ੍ਹਾ ਸਮ ਕਰ ਦਿੱਤਾ, ਸੈਲਰੀ ਦਾ ਅਸੀਂ ਟੋਟਲ ਕਰ ਰਹੇ ਹਾਂ, ਅਸੀਂ ਇਸ ਜਗ੍ਹਾ ਓਕੇ ਕਰਾਂਗੇ। ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਇੱਕ ਸਬ ਟੋਟਲ ਹੋ ਚੁੱਕਾ ਹੈ, ਜੋ ਕਾਂਸਟੇਬਲ ਟੋਟਲ ਆ ਰਿਹਾ ਹੈ 50,000, ਡਾਕਟਰ ਟੋਟਲ ਆ ਰਿਹਾ ਹੈ 80,000 ਅਤੇ ਟੀਚਰ ਟੋਟਲ ਆ ਰਿਹਾ ਹੈ 37,000। ਲਾਈਕ ਆਟੋਮੈਟਿਕਲੀ ਸਾਰੇ ਦੇ ਸਾਰੇ ਜੋ ਅਸੀਂ ਪੋਜੀਸ਼ਨ ਵਾਈਜ਼ ਟੋਟਲ ਕੀਤੇ ਤੁਹਾਡੇ ਸਾਹਮਣੇ, ਉਹਨਾਂ ਸਾਰਿਆਂ ਪੋਜੀਸ਼ਨ ਦਾ ਟੋਟਲ ਹੋ ਚੁੱਕਾ ਹੈ। ਇਸ ਤਰੀਕੇ ਨਾਲ ਅਸੀਂ ਸਬ ਟੋਟਲ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਜਦੋਂ ਤੁਸੀਂ ਫਾਈਲ ਪ੍ਰਿੰਟ ਪ੍ਰੀਵਿਊ ਦੇ ਵਿੱਚ ਜਾ ਕੇ ਵੇਖੋਗੇ ਤੁਹਾਨੂੰ ਇਸ ਤਰੀਕੇ ਨਾਲ ਸਬ ਟੋਟਲ ਦਿਖਾਈ ਦੇਵੇਗਾ। ਅਗਰ ਤੁਸੀਂ ਇਸ ਜਗ੍ਹਾ ਤੋਂ ਕਲਿੱਕ ਹਟਾ ਦਿਓਗੇ, ਅਗਰ ਇੱਥੋਂ ਵੀ ਕਲਿੱਕ ਹਟਾ ਦਿਓਗੇ, ਇੱਥੋਂ ਵੀ ਕਲਿੱਕ ਰਿਮੂਵ ਕਰ ਦਿਓਗੇ ਤਾਂ ਤੁਹਾਨੂੰ ਕਾਂਸਟੇਬਲ ਟੋਟਲ, ਡਾਕਟਰ ਟੋਟਲ, ਟੀਚਰ ਟੋਟਲ 1,67,000 ਤੁਹਾਨੂੰ ਦਿਖਾਈ ਦੇਵੇਗਾ। ਅਗਰ ਤੁਸੀਂ ਦੁਬਾਰਾ ਇਸ ਜਗ੍ਹਾ ਕਲਿੱਕ ਕਰ ਦਿਓਗੇ ਤਾਂ ਫਿਰ ਤੁਹਾਨੂੰ ਇੱਕ ਨੋਰਮਲ ਪੋਜੀਸ਼ਨ ਦੇ ਵਿੱਚ ਟੋਟਲ ਦਿਖਾਈ ਦੇਵੇਗਾ। ਇਸ ਤਰੀਕੇ ਨਾਲ ਅਸੀਂ ਡਾਟਾ ਦੇ ਵਿੱਚ ਸਬ ਟੋਟਲ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਅਗਰ ਤੁਸੀਂ ਚਾਹੁੰਦੇ ਹੋ ਕਿ ਹਰੇਕ ਪੋਜੀਸ਼ਨ ਦਾ ਟੋਟਲ ਅਲੱਗ ਅਲੱਗ ਪਾਰਟ ਦੇ ਵਿੱਚ ਹੋ ਜਾਵੇ ਤਾਂ ਉਸ ਲਈ ਅਸੀਂ ਡਾਟਾ ਦੇ ਵਿੱਚ ਜਾ ਕੇ ਸਬ ਟੋਟਲ 'ਤੇ ਕਲਿੱਕ ਕਰਕੇ ਪੇਜ ਬ੍ਰੇਕ ਬਿਟਵੀਨ ਗਰੁੱਪਸ, ਲਾਈਕ ਕਾਂਸਟੇਬਲ ਗਰੁੱਪ, ਡਾਕਟਰ ਗਰੁੱਪ ਅਤੇ ਟੀਚਰ ਗਰੁੱਪ ਸਾਰੇ ਅਲੱਗ ਅਲੱਗ ਹੋ ਜਾਣਗੇ, ਇਸ 'ਤੇ ਓਕੇ ਕਰਾਂਗੇ। ਅਤੇ ਜਦੋਂ ਤੁਸੀਂ ਫਾਈਲ ਦੇ ਵਿੱਚ ਜਾ ਕੇ ਪ੍ਰਿੰਟ ਪ੍ਰੀਵਿਊ ਦੇ ਵਿੱਚ ਵੇਖੋਗੇ ਤਾਂ ਤੁਹਾਨੂੰ ਕਾਂਸਟੇਬਲ ਦਾ ਟੋਟਲ ਅਲੱਗ ਦਿਖੇਗਾ, ਇਸ ਤੋਂ ਬਾਅਦ ਨੈਕਸਟ ਕਰੋਗੇ ਤੁਹਾਨੂੰ ਡਾਕਟਰ ਦਾ ਟੋਟਲ ਅਲੱਗ ਦਿਖੇਗਾ ਅਤੇ ਟੀਚਰ ਦਾ ਟੋਟਲ ਅਲੱਗ ਦਿਖੇਗਾ। ਇਸ ਤਰੀਕੇ ਨਾਲ ਅਸੀਂ ਸਬ ਟੋਟਲ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਡਾਟਾ ਦੇ ਵਿੱਚ ਨੈਕਸਟ ਸਾਡੇ ਕੋਲ ਆਪਸ਼ਨ ਹੈ ਵੈਲੀਡੇਸ਼ਨ। ਵੈਲੀਡੇਸ਼ਨ ਦਾ ਇਸਤੇਮਾਲ ਅਸੀਂ ਕਿਸ ਤਰੀਕੇ ਨਾਲ ਕਰਦੇ ਹਾਂ, ਲਾਈਕ ਅਸੀਂ ਪਹਿਲਾਂ ਜਿਸ ਵੀ ਡਾਟੇ ਨੂੰ ਅਸੀਂ ਵੈਲੀਡੇਸ਼ਨ ਕਰਨੀ ਹੋਵੇ, ਲਾਈਕ ਅਸੀਂ ਹਰੀਸ਼, ਰੇਖਾ, ਸ਼ਾਲਿਨੀ ਅਤੇ ਰਾਹੁਲ ਨੂੰ ਨੰਬਰ ਦੇਣ ਜਾ ਰਹੇ ਹਾਂ, ਇਸ ਵਿੱਚ ਅਸੀਂ ਇਨ ਜਿੰਨੇ ਏਰੀਏ ਨੂੰ ਅਸੀਂ ਸਿਲੈਕਟ ਕਰ ਲਵਾਂਗੇ ਉਨੇ ਏਰੀਏ ਦੇ ਵਿੱਚ ਹੀ ਸਾਡੀ ਵੈਲੀਡੇਸ਼ਨ ਆਪਸ਼ਨ ਵਰਕ ਕਰੇਗੀ। ਅਸੀਂ ਡਾਟਾ 'ਤੇ ਜਾ ਕੇ ਵੈਲੀਡੇਸ਼ਨ 'ਤੇ ਕਲਿੱਕ ਕਰਕੇ ਸੈਟਿੰਗ ਦੇ ਵਿੱਚ ਹੋਲ ਨੰਬਰ, ਲਾਈਕ ਇਸ ਜਗ੍ਹਾ ਅਸੀਂ ਨੰਬਰ ਦੇਣ ਜਾ ਰਹੇ ਹਾਂ,
मिनिमम 80 नंबर रख रहे हैं 33 भी 33 तो थले ते मैक्सिमम 99 तो अबव कोई भी नंबर इस जगह ते टाइप ना होए। इनपुट मैसेज लाइक जो असी मैसेज इनपुट जिस इनपुट करना है उसलिए असी मैसेज दे रहे हैं वेलकम इनपुट योर डाटा केयरफुली ते अलर्ट मैसेज दे रहे हैं लाइक भी अगर कोई 33 तो थले ते 99 तो बाव लिखे ता उसनू ए एरर दिखाई दवे। ते इस जगह तुसी देख रहे हो कि स्टॉप वार्निंग इनफॉरमेशन दे साइन भी आ रहे हैं मतलब के स्टॉप दा मीन्स ऐसी ऐसी का स्टॉप लगा रहे हैं कि वो स्टॉप हो जावे उस वार्निंग स्टॉप लाइक ओ डाटा इस तो वध इनपुट ना करवा सके। इस जगह एरर मैसेज दे रहे हैं रोंग वैल्यू इस तो बाद असी ओके क्लिक करांगे। हुण तुसी देख रहे हो कि वेलकम इनपुट डाटा केयरफुली जिन्ने डाटे नूं असीं सिलेक्ट कीता ही वैलीडेशन दे विच वेलकम इनपुट योर डाटा केयरफुली ओ आ रहा है। हुण अगर असीं इस जगह 22 लिखांगे तां ओ सानूं देवेगा रोंग वैल्यू अगर इस जगह असीं 33 लिखांगे तां साडा डाटा एंटर हो जाएगा लाइक असीं फिर 12 कीता है फिर रोंग वैल्यू। इस तरीके नाल असीं हुण 56 75 54 अगर इस जगह असी 101 लिखांगे तो फिर सानू मैसेज आएगा रॉन्ग वैल्यू।